ਰੇਡੀਓ ਹਾਂਜੀ ਰੇਡੀਓ ਹਾਂਜੀ ਹਾਂਜੀ ਇਹ ਹੈ ਜੀ ਰੇਡੀਓ ਸਟੇਸ਼ਨ ਨੰਬਰ 1 ਰੇਡੀਓ ਸਟੇਸ਼ਨ ਤੇ ਮੈਂ ਵਿਸ਼ਾਲ ਵਿਜੇ ਸਿੰਘ ਤੇ ਸਵਾਗਤ ਕਰਦੇ ਹਾਂ ਤੁਹਾਡਾ ਸਾਰੇ ਜਣਿਆਂ ਦਾ ਰੇਡੀਓ ਹਾਂਜੀ ਦੇ ਉੱਪਰ ਇਸ ਸਮੇਂ ਸਾਡੇ 6 ਵਾਲਾ ਸ਼ੋਅ ਸਟਾਰਟ ਹੁੰਦਾ ਪਰ ਉਸ ਤੋਂ ਪਹਿਲਾਂ ਅੱਜ ਸਾਡੇ ਨਾਲ ਦੋ ਸੱਜਣ ਜੁੜੇ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਨੀ ਜਿਵੇਂ ਤੁਸੀਂ ਰੇਡੀਓ ਦੇ ਉੱਪਰ ਗਾਣੇ ਸੁਣਦੇ ਰਹਿੰਦੇ ਹਾਂ ਫਿਲਮ ਜਿਹੜੀ ਨਵੀਂ ਆ ਰਹੀ ਹੈ ਜੱਦੀ ਸਰਦਾਰ ਉਸ ਦੀਆਂ ਤੁਸੀਂ ਪ੍ਰਮੋਸ਼ਨ ਇੰਟਰਵਿਊਜ਼ ਵੀ ਦੇਖੀਆਂ ਜਾਂ ਪ੍ਰਮੋਸ਼ਨ ਵੀਡੀਓਜ਼ ਵੀ ਦੇਖੀਆਂ ਅਤੇ ਉਹਨਾਂ ਦੀ ਜਿਹੜੀ ਕਾਸਟ ਹੈ ਸਾਰੀ ਤਾਂ ਨਹੀਂ ਸਿਰਫ ਸਾਡੇ ਨਾਲ ਇਸ ਵਕਤ ਦੋ ਸੱਜਣ ਜੁੜੇ ਨੇ ਸਿੱਪੀ ਗਿੱਲ ਅਤੇ ਦਿਲਪ੍ਰੀਤ ਢਿੱਲੋਂ ਦੇ ਨਾਲ ਕਰਦੇ ਹਾਂ ਗੱਲਬਾਤ ਅਤੇ ਜਾਣਦੇ ਹਾਂ ਜੀ ਕੀ ਕਹਿੰਦੀ ਇਹਨਾਂ ਦੀ ਫਿਲਮ ਜੱਦੀ ਸਰਦਾਰ ਵੈਸੇ ਇਹ ਜਿਹੜੇ ਦੋਵੇਂ ਕਰੈਕਟਰ ਨੇ ਫਿਲਮ ਦਾ ਨਾਂ ਜੱਦੀ ਸਰਦਾਰ ਪਰ ਗਾਣਿਆਂ ਦੇ ਕਰੈਕਟਰ ਤੋਂ ਇਹ ਜਿੱਦੀ ਸਰਦਾਰ ਨੇ ਅਣਖ ਵਾਲੇ ਸਰਦਾਰ ਨੇ ਸੋ ਜੱਚਦੇ ਨੇ ਇਸ ਫਿਲਮ ਦੇ ਵਿੱਚ ਨਾਂ ਤੋਂ ਤਾਂ ਬਾਕੀ ਦੇਖਦੇ ਇਹਨਾਂ ਦਾ ਕੀ ਕਹਿਣਾ ਜੀ ਇਸ ਫਿਲਮ ਵਾਸਤੇ ਦੋਨਾਂ ਨੂੰ ਬੁਲਾਉਂਦੇ ਹਾਂ ਜੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਬਿਲਕੁਲ ਬਾਈ ਜੀ ਮੈਂ ਤੇ ਦਿਲਪ੍ਰੀਤ ਅਸੀਂ ਇਸ ਫਿਲਮ ਚ ਆ ਰਹੇ ਹਾਂ ਮੇਰਾ ਨਾਮ ਜੱਸਾ ਤੇ ਦਿਲਪ੍ਰੀਤ ਦਾ ਨਾਮ ਜੀਤਾ ਹੈ ਤੇ ਅਸੀਂ ਚਾਚੇ ਤਾਏ ਦੇ ਮੁੰਡੇ ਦਾ ਰੋਲ ਅਦਾ ਕੀਤਾ ਮੈਂ ਵੱਡਾ ਭਾਈ ਤੇ ਦਿਲਪ੍ਰੀਤ ਛੋਟਾ ਤੇ ਸੇਮ ਅਸਲ ਜ਼ਿੰਦਗੀ ਵਿੱਚ ਵੀ ਸਾਡਾ ਉਹੀ ਰੱਬ ਨੇ ਪਿਆਰ ਵੀ ਬਣਾ ਕੇ ਰੱਖਿਆ ਹੋਇਆ ਤੇ ਕੱਲ ਨੂੰ ਮਤਲਬ ਇਹ ਫਿਲਮ ਕੱਲ ਨੂੰ ਰਿਲੀਜ਼ ਹੋ ਰਹੀ ਹੈ ਇਸ ਵਕਤ ਵੀ ਅਸੀਂ ਫਿਲਮ ਦੀ ਪ੍ਰਮੋਸ਼ਨ ਕਰਦੇ ਹੋਏ ਬਾਏ ਰੋਡ ਇਸ ਵਕਤ ਜਲੰਧਰ ਜਾ ਰਹੇ ਹਾਂ ਅਸੀਂ ਰੇਡੀਓ ਸਟੇਸ਼ਨ ਕੁਛ ਟੀਵੀ ਸਟੇਸ਼ਨ ਦੇ ਉੱਪਰ ਜਲੰਧਰ ਨੂੰ ਤੇ ਤੁਹਾਡੇ ਗਾਣਿਆਂ ਚ ਬੜੀਆਂ ਘੈਂਟ ਘੈਂਟ ਗੱਡੀਆਂ ਹੁੰਦੀਆਂ ਇਸ ਟਾਈਮ ਕਿਹੜੀ ਗੱਡੀ ਚ ਜਾ ਰਹੇ ਜਲੰਧਰ ਨੂੰ ਇਸ ਵਕਤ ਦੱਸੋ ਜੀ ਰੇਂਜ ਰੋਵਰ ਠੀਕ ਹੈ ਸੋ ਬਾਈ ਜੀ ਫਿਲਮ ਦੀ ਜੇ ਗੱਲ ਕਰੀਏ ਕਿਉਂਕਿ ਪਹਿਲਾਂ ਵੀ ਤੁਸੀਂ ਫਿਲਮਾਂ ਦੇ ਵਿੱਚ ਆਪਣਾ ਸਫ਼ਰ ਕਾਫ਼ੀ ਦੇਰ ਤੋਂ ਸ਼ੁਰੂ ਕਰ ਚੁੱਕੇ ਹੋ ਅਤੇ ਫਿਲਮਾਂ ਦੇ ਵਿੱਚ ਐਕਟਿੰਗ ਕਿਉਂਕਿ ਜਦੋਂ ਤੁਸੀਂ ਗਾਣੇ ਤੁਹਾਡੇ ਆਉਂਦੇ ਨੇ ਅਤੇ ਹਰ ਵਾਰ ਗਾਣੇ ਦੇ ਵਿੱਚ ਵਰਸਟੈਲਿਟੀ ਹੁੰਦੀ ਹੈ ਚਾਹੇ ਉਹ ਮਿਊਜ਼ਿਕ ਵੀਡੀਓ ਦੀ ਗੱਲ ਕਰੀਏ ਚਾਹੇ ਲਿਰਿਕਸ ਦੀ ਸੋ ਜਿਹੜੀ ਉੱਥੋਂ ਐਕਟਿੰਗ ਸਿੱਖੀ ਆ ਜਾਂ ਉਸ ਤੋਂ ਇਲਾਵਾ ਵੀ ਤੁਸੀਂ ਐਕਟਿੰਗ ਦੀ ਕੋਈ ਕਲਾਸਿਸ ਵਗੈਰਾ ਲਈਆਂ ਨੇ ਕਿ ਜਾਂ ਉਹ ਤੁਹਾਨੂੰ ਲੱਗਦਾ ਸੀ ਕਿ ਵੀਡੀਓਜ਼ 'ਚ ਜਿਹੜੀ ਐਕਟਿੰਗ ਕੀਤੀ ਗਈ ਹੈ ਨਾਫ ਆ ਮੂਵੀਜ਼ ਦੇ ਵਿੱਚ ਆਉਣ ਵਾਸਤੇ ਇਹ ਆਂਸਰ ਜੀ ਮੈਂ ਹਰੇਕ ਆਰਟਿਸਟ ਵੱਲੋਂ ਕਰਨਾ ਚਾਹੂੰਗਾ ਕਿ ਜਿਹੜੀ ਐਕਟਿੰਗ ਹੈ ਬਾਈ ਜੀ ਇੱਕ ਆਰਟਿਸਟ ਜਦੋਂ ਗਾਉਣਾ ਸਟਾਰਟ ਕਰ ਦਿੰਦਾ ਉਸੇ ਦਿਨ ਤੋਂ ਉਹਦੀ ਐਕਟਿੰਗ ਰਿਹਰਸਲ ਸਟਾਰਟ ਹੋ ਜਾਂਦੀ ਹੈ ਜਦੋਂ ਸਟੇਜ ਦੇ ਉੱਪਰ ਉਹ ਗਾ ਰਿਹਾ ਉਸੇ ਵੀ ਦਾ ਮਤਲਬ ਪਤਾ ਨੀ ਕਿੰਨੇ ਕੈਮਰੇ ਚੱਲ ਰਹੇ ਹੁੰਦੇ ਨੇ ਜਿਹਨਾਂ ਨੂੰ ਉਹ ਫੇਸ ਕਰ ਰਿਹਾ ਹੁੰਦਾ ਹਨਾ ਉਸ ਤੋਂ ਬਿਨਾਂ ਕਿੰਨੇ ਵੀਡੀਓਜ਼ ਜਿਹੜੇ ਨੇ ਆਰਟਿਸਟ ਹੋਣ ਤੱਕ ਕਿੰਨੇ ਗਾਣੇ ਕਰ ਲੈਂਦੇ ਨੇ ਜਦੋਂ ਸਟਾਰਟ ਹੋ ਜਾਂਦਾ ਗਾਉਣਾ ਉਹਦੇ ਵਿੱਚ ਵੀ ਉਹ ਕੈਮਰੇ ਦੇ ਅੱਗੇ ਹੀ ਐਕਟ ਕਰਦੇ ਨੇ ਸੋ ਮਤਲਬ ਵੀ ਕੋਈ ਜ਼ਿਆਦਾ ਫਰਕ ਨਹੀਂ ਰਹਿ ਜਾਂਦਾ ਹਾਂ ਬਸ ਇੱਕ ਚੀਜ਼ ਨਵੀਂ ਹੁੰਦੀ ਹੈ ਕਿ ਉਹਦੇ ਵਿੱਚ ਡਾਇਲੋਗ ਜਿਹੜੇ ਬੋਲਣੇ ਹੁੰਦੇ ਨੇ ਪਰ ਉਹ ਜਿਹੜੀ ਐਕਟਿੰਗ ਪਹਿਲਾਂ ਜਿਹੜੀ ਇੱਕ ਝਿਜਕ ਹੈ ਜਿਹੜੀ ਉਹ ਕੈਮਰੇ ਦੀ ਉਹ ਨਿਕਲ ਜਾਂਦੀ ਹੈ ਇਸ ਕਰਕੇ ਥੋੜੀ ਬਹੁਤੀ ਰਿਹਰਸਲ ਦੇ ਨਾਲ ਬੰਦਾ ਇੱਕ ਵਧੀਆ ਐਕਟ ਕਰ ਜਾਂਦਾ ਜੀ ਜੀ ਬਿਲਕੁਲ ਸੋ ਅਗਲਾ ਸਵਾਲ ਮੇਰਾ ਦਿਲਪ੍ਰੀਤ ਢਿੱਲੋਂ ਬਾਈ ਜੀ ਨੂੰ ਤੇ ਬਾਈ ਜੀ ਜਿਹੜੀ ਫਿਲਮ ਆ ਜੱਦੀ ਸਰਦਾਰ ਇਹਦੀ ਅਪਰੋਚ ਤੁਹਾਨੂੰ ਕਿਹਨਾਂ ਵੱਲੋਂ ਕੀਤੀ ਗਈ ਤੇ ਕੀ ਸਟੋਰੀ ਸੁਣਨ ਤੋਂ ਬਾਅਦ ਕਿਹੜੇ ਇਹੋ ਜਿਹੇ ਕੁਝ ਅੰਸ਼ ਸੀਗੇ ਜਿਹ ਤੋਂ ਲੱਗਾ ਕਿ ਹਾਂ ਇਹ ਫਿਲਮ ਕਰ ਲੈਣੀ ਚਾਹੀਦੀ ਹੈ ਜਾਂ ਕੀ ਤੁਸੀਂ ਸੋਚਦੇ ਨੇ ਹਮੇਸ਼ਾ ਕੋਈ ਫਿਲਮ ਨੂੰ ਸਾਈਨ ਕਰਨ ਤੋਂ ਪਹਿਲਾਂ ਜਾਂ ਜੁਆਇਨ ਕਰਨ ਤੋਂ ਪਹਿਲਾਂ ਵੀਰੇ ਮੈਨੂੰ ਮੈਂ ਤੁਹਾਨੂੰ ਦੱਸਦਾ ਰਿਐਲਿਟੀ ਜੋ ਹੋਈ ਸੀ ਮੈਨੂੰ ਨਾ ਸਿੱਪੀ ਵੀਰੇ ਦਾ ਫੋਨ ਆਇਆ ਹਾਂਜੀ ਬਈ ਦਲਪ੍ਰੀਤ ਇੱਦਾਂ ਇੱਕ ਫਿਲਮ ਆ ਮਤਲਬ ਵੀਰੇ ਨਾਲ ਬਹੁਤ ਜ਼ਿਆਦਾ ਪਹਿਲੇ ਦਿਨ ਤੋਂ ਹਨਾ ਮਤਲਬ ਵੱਡੇ ਭਰਾਵਾਂ ਵਾਲਾ ਪਿਆਰ ਆ ਵੱਡੇ ਛੋਟੇ ਭਰਾਵਾਂ ਵਾਲਾ ਤੇ ਵੀਰੇ ਦਾ ਫੋਨ ਆਇਆ ਵੀ ਇਹ ਕਹਿੰਦਾ ਵੀ ਏਦਾਂ ਕਰਕੇ ਫਿਲਮ ਆ ਮੈਂ ਕਿਹਾ ਬਾਈ ਤੁਹਾਨੂੰ ਪਸੰਦ ਹੈ ਜੀ ਬਾਈ ਕਹਿੰਦਾ ਹਾਂ ਮੈਂ ਕਿਹਾ ਫਿਰ ਬਈ ਹਾਂ ਕਰ ਦੋ ਫਿਰ ਮੈਂ ਸਾਈਨ ਕਰਕੇ ਬਾਅਦ ਸਟੋਰੀ ਸੁਣੀ ਜੀ ਵਾਹ ਹਾਂਜੀ ਸੋ ਬਾਈ ਜੀ ਜਿਹੜੀ ਫਿਲਮ ਜੱਦੀ ਸਰਦਾਰ ਕੀ ਕੁਝ ਇਹ 'ਚ ਵੱਖਰਾ ਦੇਖਣ ਨੂੰ ਮਿਲ ਸਕਦਾ ਕਿਉਂਕਿ ਜਿਹੜੀ ਜੇ ਟ੍ਰੇਲਰ ਦੀ ਗੱਲ ਕਰੀਏ ਤਾਂ ਉਹ ਤੋਂ ਪਤਾ ਲੱਗ ਰਿਹਾ ਕਿ ਲੜਾਈ ਝਗੜਾ ਪਿਆਰ ਮੁਹੱਬਤ ਥੋੜ੍ਹੀ ਬਹੁਤੀ ਕਾਮੇਡੀ ਵੀ ਆ ਅਤੇ ਤੁਹਾਨੂੰ ਕੀ ਲੱਗਦਾ ਵੀ ਕਿਹੜਾ ਵੱਖਰਾ ਪੱਖ ਇਸ ਫਿਲਮ 'ਚ ਹੈਗਾ ਕਿਉਂਕਿ ਫਿਲਮਾਂ ਦੇ ਵਿੱਚ ਤਾਂ ਇਹੋ ਕੁਝ ਹੀ ਹੁੰਦਾ ਜੋ ਇਸ ਟ੍ਰੇਲਰ 'ਚ ਸਾਨੂੰ ਦੇਖ ਰਿਹਾ ਸੋ ਵੱਖਰਾ ਕੀ ਤੁਸੀਂ ਪਰੋਸ ਰਹੇ ਹੋ ਇਸ ਵਾਰ ਲੋਕਾਂ ਵਾਸਤੇ ਜਾਂ ਦਰਸ਼ਕਾਂ ਵਾਸਤੇ ਓਕੇ ਜੀ ਪਹਿਲੀ ਗੱਲ ਤਾਂ ਬਾਈ ਇਹ ਹੈ ਜੀ ਮਤਲਬ ਸਾਡੀ ਫਿਲਮ ਨੂੰ ਮਿਲਿਆ ਯੂ ਸਰਟੀਫਿਕੇਟ ਹਨਾ ਇਹਦਾ ਮਤਲਬ ਯੂ ਸਰਟੀਫਿਕੇਟ ਮਿਲਣਾ ਇਹਦਾ ਮਤਲਬ ਇਹ ਆ ਬਈ ਵਿੱਚ ਨਾ ਕੋਈ ਗੰਦਾ ਲਫ਼ਜ਼ ਨਾ ਕੋਈ ਗਾਲ ਨਾ ਕੋਈ ਲੜਾਈ ਝਗੜਾ ਵਾਧੂ ਦਾ ਮਤਲਬ ਬਈ ਤੁਸੀਂ ਆਪਣੀਆਂ ਭੈਣਾਂ ਨਾਲ ਮਾਤਾ ਨਾਲ ਸਾਰੇ ਜਾਣਿਆਂ ਨਾਲ ਪਰਿਵਾਰ ਨਾਲ ਜਾ ਸਕਦੇ ਹੋ ਬੱਚਿਆਂ ਨਾਲ ਇਹ ਸੈਂਸਰ ਨੇ ਹਨਾ ਜਿਹੜਾ ਯੂ ਸਰਟੀਫਿਕੇਟ ਹੈ ਐਂਡ ਉਦੋਂ ਬਾਅਦ ਜੀ ਮਤਲਬ ਇਹ ਫਿਲਮ ਨਾ ਅਸਲ ਚ
ਰਿਸ਼ਤੇ ਦਰਸਾਉਂਦੀ ਹੈ ਜੀ, ਹੈ ਨਾ ਬਈ ਰਿਸ਼ਤੇ ਕੀ ਨੇ, ਰਿਸ਼ਤਿਆਂ ਦੀ ਅਹਿਮੀਅਤ ਕੀ ਆ। ਮਤਲਬ ਇਸ ਫਿਲਮ ਨੂੰ ਦੇਖ ਕੇ ਜੇ ਦਸ ਪਰਿਵਾਰ ਵੀ ਇਕੱਠੇ ਹੋ ਗਏ ਨਾ, ਜੇ 100 ਪਰਿਵਾਰ ਨੇ ਜਾਂ 1000 ਪਰਿਵਾਰ ਨੇ ਦੇਖੀ, ਉਹਨਾਂ ਚੋਂ 10 ਵੀ ਇਕੱਠੇ ਹੋ ਗਏ, ਸਾਡੇ ਵੱਲੋਂ ਕੰਮ ਸਫਲ ਹੈ ਜੀ। ਅਸਲ ਚ ਦਰਸਾਉਂਦੀ ਆ ਬਈ ਜੇ ਭਰਾ ਨਾਲ ਭਰਾ ਖੜਾ ਤਾਂ ਉਹ 11 ਨੇ, ਜੇ ਉਹ ਨਹੀਂ ਹੈਗੇ ਤਾਂ ਉਹ 0 ਨੇ ਜੀ। ਜੀ 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 ਬਿਲਕੁਲ। ਸੋ ਅਗਲਾ ਜੀ ਜੀ ਸਿੱਪੀ ਵੀਰੇ, ਜਿੱਦਾਂ ਤੁਸੀਂ ਇਸ ਫਿਲਮ ਨੂੰ ਜੁਆਇਨ ਕੀਤਾ ਤੇ ਨਾਲ ਤੁਹਾਡੇ ਸੀਨੀਅਰ ਐਕਟਰਸ ਵੀ ਨੇ, ਪਹਿਲਾਂ ਵੀ ਤੁਸੀਂ ਇੱਕ ਫਿਲਮ ਕਰ ਚੁੱਕੇ ਜਿਹਦੇ ਵਿੱਚ ਤੁਹਾਡੇ ਨਾਲ ਕੁਝ ਸੀਨੀਅਰ ਐਕਟਰ ਸੀਗੇ, ਸੋ ਹਰ ਵਾਰ ਕਿੱਦਾਂ ਦਾ ਐਕਸਪੀਰੀਅੰਸ ਰਹਿੰਦਾ ਇਹਨਾਂ ਸੀਨੀਅਰ ਐਕਟਰਸ ਦੇ ਨਾਲ ਕੰਮ ਕਰਨ ਲੱਗਿਆਂ, ਤੇ ਜਿਹਨਾਂ ਨਾਲ ਖਾਸ ਕਰਕੇ ਤੁਸੀਂ ਕੰਮ ਕੀਤਾ ਜਾਂ ਕੀ ਸਿੱਖਿਆ ਉਹਨਾਂ ਤੋਂ, ਜਾਂ ਕਿੱਦਾਂ ਦਾ ਮਾਹੌਲ ਹੁੰਦਾ ਉਸ ਜਗ੍ਹਾ ਉਸ ਮਾਹੌਲ ਜਗ੍ਹਾ ਦਾ? ਜਿੰਨੇ ਵੀ ਐਕਟਰਸ ਨਾਲ ਪਹਿਲਾਂ ਕੰਮ ਕੀਤਾ, ਜਿੰਨਾ ਨਾਲ ਹੁਣ ਕਰ ਰਹੇ ਹਾਂ, ਪੰਜਾਬੀ ਇੰਡਸਟਰੀ ਬਹੁਤ ਛੋਟੀ ਹੈ ਜੀ, ਸਾਡੇ ਬਾਬੇ ਦੀ ਮਿਹਰ ਨਾਲ ਮਤਲਬ ਵੀ ਗਿਣਤੀ ਦੇ ਮਤਲਬ ਸਾਡੇ ਆਰਟਿਸਟ ਨੇ ਇੱਥੇ, ਹੈ ਨਾ, ਆਪਾਂ ਨੂੰ ਪਤਾ ਆ, ਔਰ ਜਿੰਨੇ ਵੀ ਉਹ ਹੈਗੇ ਨੇ ਉਹ ਸਭ ਪੰਜਾਬ ਦੇ ਰਹਿਣ ਵਾਲੇ ਜ਼ਿਆਦਾ ਨੇ, ਔਰ ਆਪਸ ਵਿੱਚ ਉਹਨਾਂ ਦਾ ਬਹੁਤ ਜ਼ਿਆਦਾ ਪਿਆਰ ਆ, ਰਿਲੇਸ਼ਨ ਆ, ਹੈ ਨਾ, ਤੇ ਜਦੋਂ ਵੀ ਕਿਸੇ ਮਤਲਬ ਸਾਡੇ ਸੀਨੀਅਰਸ ਨੇ, ਗੁਗੂ ਗਿੱਲ ਬਾਈ ਆ, ਹੈ ਨਾ, ਸੋਬੀ ਬਾਈ ਆ, ਜਾਂ ਮਤਲਬ ਇਸ ਤੋਂ ਪਹਿਲਾਂ ਮੈਂ ਫਿਲਮ ਕੀਤੀ ਸੀ ਓਮਪੁਰੀ ਸਾਹਿਬ ਦੇ ਨਾਲ ਪੁੱਤ ਜੱਟਾਂ ਦੇ, ਹੈ ਨਾ, ਤੇ ਬੜੇ ਮਤਲਬ ਨਿੱਘੀਆਂ ਰੂਹਾਂ ਨੇ, ਸਾਨੂੰ ਬੱਚਿਆਂ ਵਾਂਗੂ ਹੀ ਪਿਆਰ ਕਰਦੇ, ਹੈ ਨਾ, ਜਦੋਂ ਵੀ ਕਿਤੇ ਕੋਈ ਵੀ ਗੱਲਬਾਤ ਹੁੰਦੀ ਆ, ਮਤਲਬ ਜੇ ਕੁਛ ਚੀਜ਼ ਲੱਗਦੀ ਵੀ ਆ ਤਾਂ ਸਾਨੂੰ ਉਹ ਆਪਣੇ ਆਪ ਹੀ ਸਿਖਾ ਲੈਂਦੇ ਨੇ, ਆਪਣੇ ਆਪ ਹੀ ਉਹਦੇ ਵਿੱਚ ਮਰਦ ਕਰ ਲੈਂਦੇ ਨੇ ਵੀ ਆ ਜਾਓ, ਹੈ ਨਾ, ਸੋ ਕਦੇ ਪ੍ਰੋਬਲਮ ਨੀ ਆਈ। ਔਰ ਸਿੱਖਣ ਨੂੰ ਤਾਂ ਤੁਹਾਨੂੰ ਪਤਾ ਕਿ ਜਿਹੜੇ ਖੁੰਡ ਨੇ ਉਹਨਾਂ ਕੋਲ ਤਾਂ ਸਿੱਖਣ ਨੂੰ ਮਿਲਦਾ ਹੀ ਰਹਿੰਦਾ, ਉਹਨਾਂ ਕੋਲ ਤਾਂ ਭੰਡਾਰ ਆ। ਹਾਂਜੀ ਜੀ 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 ਬਿਲਕੁਲ ਬਾਈ ਜੀ। ਸੋ ਤੁਹਾਨੂੰ ਦੋਵਾਂ ਨੇ ਇੱਕ ਸਵਾਲ ਆ ਕਿ ਜਿਸ ਰਫਤਾਰ ਦੇ ਨਾਲ ਇਸ ਸਮੇਂ ਪੰਜਾਬੀ ਸਿਨੇਮਾ ਅੱਗੇ ਵੱਧ ਰਿਹਾ, ਜਾਂ ਜਿਸ ਮਿਆਰ ਤੇ ਪੰਜਾਬੀ ਵੀਡੀਓਜ਼ ਪਹੁੰਚ ਚੁੱਕੇ ਨੇ, ਕਿਉਂਕਿ ਪਹਿਲਾਂ ਤੁਸੀਂ ਐਜ਼ ਏ ਸਿੰਗਰ ਸਟਾਰਟ ਕੀਤਾ, ਹੁਣ ਤੁਸੀਂ ਐਜ਼ ਏ ਐਕਟਰ ਵੀ ਐਸਟੈਬਲਿਸ਼ ਹੋ ਚੁੱਕੇ ਹੋ, ਤੇ ਤੁਸੀਂ ਦੋਵੇਂ ਜਾਣੇ ਐਜ਼ ਏ ਸਿੰਗਰ, ਕਿਉਂਕਿ ਤੁਹਾਨੂੰ ਸਮਾਂ ਹੋ ਚੁੱਕਾ ਇਸ ਇੰਡਸਟਰੀ ਦੇ ਵਿੱਚ, ਤੇ ਤੁਸੀਂ ਖੁਸ਼ ਹੋ ਉਸ ਰਫਤਾਰ ਤੋਂ, ਜਿਸ ਰਫਤਾਰ ਤੋਂ ਪੰਜਾਬੀ ਸਿਨੇਮਾ ਜਾਂ ਪੰਜਾਬੀ ਸੌਂਗਸ ਅੱਗੇ ਵੱਧ ਰਹੇ, ਕਿਉਂਕਿ ਕਾਫੀ ਟਾਈਮ ਤੇ ਇਹਨਾਂ ਨੂੰ ਇੱਕ ਨੁਕਤਾਚੀਨੀ ਵੀ ਚੱਲਣੀ ਪੈਂਦੀ ਆ ਵੀਡੀਓਜ਼ ਨੂੰ, ਗਾਣਿਆਂ ਨੂੰ ਲੋਕਾਂ ਵੱਲੋਂ ਜਿਹੜੀ ਮਿਲਦੀ ਹੈ? ਦੇਖੋ ਜੀ, ਜਿੱਥੇ ਮਤਲਬ ਕੀ ਹੁੰਦਾ ਕਿ ਹਰੇਕ ਚੀਜ਼ ਹਿੱਟ ਨੀ ਹੁੰਦੀ, ਹਰੇਕ ਚੀਜ਼ ਫਲੋਪ ਨੀ ਹੁੰਦੀ, ਹਰੇਕ ਚੀਜ਼ ਅਕਸੈਪਟ ਨੀ ਹੁੰਦੀ, ਔਰ ਹਰੇਕ ਰਿਜੈਕਟ ਨੀ ਹੁੰਦੀ, ਹਨਾ ਜੀ। ਸੋ ਮਤਲਬ ਇਹ ਸਾਡੀ ਜੋ ਆਡੀਅੰਸ ਦੇ ਜੋ ਸਾਡੇ ਨਾਲ ਗਲੇ ਸ਼ਿਕਵੇ ਨੇ ਉਹ ਵੀ ਅਸੀਂ ਸੁਣਦੇ ਹਾਂ ਉਹਨਾਂ ਦੇ, ਹਨਾ, ਤੇ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਉਹਨਾਂ ਦੇ ਜੋ ਬੰਦਾ ਕੋਈ ਗਲਤੀਆਂ ਕਰਦਾ ਉਹ ਅੱਗੇ ਤੋਂ ਨਾ ਕਰੇ, ਹਨਾ, ਪਰ ਅਸੀਂ ਹੈਪੀ ਹਾਂ, ਔਰ ਓਨੈਸਟਲੀ ਜਿੰਨੀ ਵੀ ਸਾਡੀ ਫੋਲੋਇੰਗ ਆ, ਜਿੰਨੇ ਸਾਡੇ ਭਰਾ ਸਾਨੂੰ ਸੁਣਦੇ ਨੇ, ਹਨਾ, ਪਿਆਰ ਦਿੰਦੇ ਨੇ, ਉਹਨਾਂ ਨੂੰ ਦਿਲੋਂ ਅਸੀਂ ਥੈਂਕ ਯੂ ਕਰਦੇ ਹਾਂ ਯਾਰ, ਰੀਅਲੀ ਬਹੁਤ ਹੈਪੀ ਹਾਂ, ਕਿਉਂਕਿ ਉਸ ਤੋਂ ਵੱਡਾ ਸ਼ੁਕਰਾਨਾ ਹੈਗਾ ਆ ਸਾਡੀ ਆਡੀਅੰਸ ਦਾ ਵੀ, ਅਸੀਂ ਤਾਂ ਇੱਕ ਸਿੰਗਰ ਦੇ ਤੌਰ ਤੇ ਗਾ ਰਹੇ ਸੀ, ਪਰ ਸਾਨੂੰ ਘਰੋਂ ਸੱਦ ਕੇ ਹੀਰੋ ਬਣਾਇਆ ਗਿਆ, ਹਨਾ, ਆਪਾਂ ਬੰਬੇ ਜਾਂਦੇ ਆ, ਕਿਤੇ ਹੋਰ ਜਾਂਦੇ ਹਾਂ, ਕਿੰਨੇ ਮੁੰਡੇ ਕੁੜੀ ਨਾਲ ਸਟਰਗਲ ਕਰਦੇ, ਸਾਰੀ ਜ਼ਿੰਦਗੀ ਨਿਕਲ ਜਾਂਦੀ ਆ, ਹਨਾ, ਬਟ ਅਸੀਂ ਉਹ ਲੱਕੀ ਇਨਸਾਨਾਂ ਚ ਹਾਂ, ਉਹ ਸਿਰਫ ਸਾਡੇ ਸਰੋਤਿਆਂ ਦੇ ਕਰਕੇ, ਜਿਨ੍ਹਾਂ ਨੇ ਸਾਨੂੰ ਘਰੇ ਬੈਠਿਆਂ ਸਾਨੂੰ ਆਵਾਜ਼ਾਂ ਮਾਰੀਆਂ ਵੀ ਆ ਜਾਓ, ਅਸੀਂ ਤੁਹਾਨੂੰ ਐਜ਼ ਏ ਹੀਰੋ ਦੇਖਣਾ ਚਾਹੁੰਦੇ ਹਾਂ ਨਾ ਜੀ। ਹਾਂਜੀ। ਸੋ ਜੇ ਅਸੀਂ ਫੇਰ ਵੀ ਖੁਸ਼ ਨਹੀਂ ਹੋਵਾਂਗੇ, ਫੇਰ ਤਾਂ ਮਤਲਬ ਇਹ ਕਹਿ ਲਓ ਕਿ ਰੱਬ ਨਾਲ ਨਾਰਾਜ਼ਗੀ ਵਾਲੀ ਗੱਲ ਹੋਗੀ, ਵੀ ਸਭ ਕੁਝ ਦਿੱਤਾ ਤੇ ਫੇਰ ਵੀ ਨਹੀਂ ਖੁਸ਼, ਹੈ ਨਾ। ਜੀ ਬਿਲਕੁਲ ਜੀ ਜੀ ਬਾਈ ਜੀ। ਸੋ ਬਾਈ ਜੀ, ਮਿਊਜ਼ਿਕ ਦੀ ਗੱਲ ਕਰੀਏ, ਇਸ ਟਾਈਮ ਯੂਟਿਊਬ ਦੇ ਉੱਪਰ ਜਾ ਕੇ ਦੇਖੀਏ ਤਾਂ ਕਾਫੀ ਹਿੱਟੀਆਂ ਟ੍ਰੈਂਡਿੰਗ ਮਿਊਜ਼ਿਕ ਜਾ ਰਿਹਾ, ਤੇ ਜੇ ਤੁਹਾਡੀ ਮਨਪਸੰਦ ਦੀ ਗੱਲ ਕਰੀਏ ਵੀ ਇਸ ਫਿਲਮ ਦੇ ਵਿੱਚ ਤੁਹਾਡੇ ਪਸੰਦੀਦਾ ਗਾਣਾ ਜਾਂ ਮਿਊਜ਼ਿਕ ਕਿਹੜਾ ਟਰੈਕ ਆ, ਜਾਂ ਭਾਜੀ ਦਾ ਫੇਵਰੇਟ ਟਰੈਕ ਕਿਹੜਾ, ਤੇ ਉਹ ਕੀ ਹੋ ਸਕਦਾ? ਇਸ ਫਿਲਮ ਦੇ ਵਿੱਚ ਜੀ ਮਤਲਬ ਜੋ ਸਾਨੂੰ ਲੱਗ ਰਿਹਾ ਗਾਣੇ ਸਾਰੇ ਵਧੀਆ, ਹਾਂਜੀ, ਤੇ ਇੱਕ ਗਾਣਾ ਮੈਂ ਤੇ ਦਿਲਪ੍ਰੀਤ ਨੇ ਅਸੀਂ ਇਕੱਠੇ ਨੇ ਗਾਇਆ ਜਿਹੜਾ ਪ੍ਰਮੋਸ਼ਨਲ ਟਰੈਕ ਹੈ, ਹਾਂਜੀ, ਉਹ ਗਾਣਾ ਮਤਲਬ ਸਾਨੂੰ ਵਧੀਆ ਲੱਗਦਾ ਕਿ ਮਤਲਬ ਜਿਹੜਾ ਦਲੇਰੀਆਂ ਗਾਣਾ ਪ੍ਰਮੋਸ਼ਨਲ ਰੱਖਿਆ ਹੋਇਆ, ਇੱਕ ਇਹਦੇ ਚ ਰੋਮਾਂਟਿਕ ਸੌਂਗ ਆ, ਤੂੰ ਇਹ ਬੁੱਲਾਂ ਵਾਲ ਗਏ ਛੱਡਦਾ ਨੀ ਹੱਥ ਤੇਰਾ, ਸੋ ਦੋਨੋਂ ਗਾਣੇ ਸਾਨੂੰ ਦੋਨੋਂ ਨੂੰ ਪਸੰਦ ਆ, ਮੈਨੂੰ ਤੇ ਦਿਲਪ੍ਰੀਤ ਨੂੰ, ਹਾਂਜੀ, ਤੇ ਫਿਰ ਆਪਣੀ ਆਵਾਜ਼ ਦੇ ਵਿੱਚ ਦੋਵੇਂ ਜਾਣੇ ਗਾ ਦਿਓ ਤਾਂ, ਹਾਂਜੀ, ਥੋੜੇ ਜੇ ਤੁਸੀਂ ਗੁਣਗਣਾ ਦਿਓ ਇਸ ਗਾਣੇ ਦੇ ਬੋਲ ਮਿਲ ਕੇ ਤਾਂ ਬਹੁਤ ਸ਼ੁਕਰੀਆ ਹੋਊਗਾ ਜੀ। ਤੁਸੀਂ ਦੱਸੋ ਜੀ ਕਿਹੜਾ ਗਾਣਾ ਸੁਣਨਾ ਚਾਹੁੰਦੇ ਹੋ? ਉਹ ਦਲੇਰੀਆਂ ਜਿਹੜਾ ਤੁਹਾਡਾ ਫੇਵਰਟ ਐਂਡ ਟਾਈਟਲ ਟਰੈਕ ਵੀ ਆ ਇਸ ਫਿਲਮ ਦਾ, ਹਾਂਜੀ ਬਿਲਕੁਲ ਜੀ, ਉਹਦਾ ਗਾਣਾ ਆਪਾਂ ਕਰਦੇ ਹਾਂ ਜੀ ਸ਼ੁਰੂ ਜੀ। ਆਹਾ ਉਹ ਕਿਸੇ ਅਣਖੀ ਜੇ ਸੂਰਜ ਦੀ ਬੱਲਿਆ, ਮੈਨੂੰ ਲੱਗਦਾ ਤੂੰ ਧੁੱਪ ਹਲੇ ਸੇਕੀ ਨੀ, ਹੀੜੇ ਦੱਬ ਗਏ ਹੁਣੇ ਤੈਥੋਂ ਹੋਰ ਨੇ ਆ, ਤੂੰ ਕਦੇ ਚੁੱਲਿਆਂ ਚੋਂ ਅੱਗ ਬੁਝੀ ਦੇਖੀ ਨੀ, ਉਹ ਪਤਾ ਲੱਗ ਜੂ ਤੈਨੂੰ ਵੀ ਬੰਦੇ ਅਣਖੀ ਕੀ ਹੁੰਦੇ, ਸਮਾਂ ਬਹੁਤਾ ਤੇ ਹੋਣਗੀਆਂ ਹਨੇਰੀਆਂ, ਬੰਦੇ 8 ਮੇਰੇ 60 ਤੇਰੇ ਰੱਖ, ਕਦੇ ਮੈਚ ਤੈਨੂੰ ਦੱਸਾਂਗੇ ਕੀ ਹੁੰਦੀਆਂ ਦਲੇਰੀਆਂ, ਬੰਦੇ 8 ਮੇਰੇ 60 ਤੇਰੇ ਰੱਖ, ਕਦੇ ਮੈਚ ਤੈਨੂੰ ਦੱਸਾਂਗੇ ਕੀ ਹੁੰਦੀਆਂ ਦਲੇਰੀਆਂ। ਵਾਹ ਜੀ ਵਾਹ, ਕਿਆ ਬਾਤ ਹੈ ਬਾਈ ਜੀ, ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਦੇ ਲਈ, ਤੇ ਨਾਲ ਦੀ ਨਾਲ ਬਹੁਤ ਸਾਰੀਆਂ ਸ਼ੁਭੇਸ਼ਾਵਾਂ ਇਸ ਆਉਣ ਵਾਲੀ ਫਿਲਮ ਵਾਸਤੇ ਵੀ, ਤੇ ਕਰੀ ਜਿਹੜੇ ਆਸਟ੍ਰੇਲੀਆ ਰਹਿੰਦੇ ਸੱਜਣ ਤੁਹਾਨੂੰ ਸੁਣ ਰਹੇ ਨੇ ਉਹਨਾਂ ਨੂੰ ਇੱਕ ਵਾਰੀ ਬੇਨਤੀ ਕਰ ਦਿਓ ਜੇ ਕਿ
ਕਦੋਂ ਪਹੁੰਚਣਾ, ਕਿੱਦਣ ਪਹੁੰਚਣਾ ਜੀ? ਜੀ ਮੇਰੇ ਵੱਲੋਂ ਵੀ ਹਾਂਜੀ ਰੇਡੀਓ ਸੁਣਦੇ ਸਾਰਿਆਂ ਸਰੋਤਿਆਂ ਦਾ ਤੁਹਾਡਾ ਵੀ ਬਾਈ ਜੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਟਾਈਮ ਕੱਢ ਕੇ ਸਾਨੂੰ ਸਾਡੇ ਆਡੀਅੰਸ ਤੱਕ ਸਰੋਤਿਆਂ ਤੱਕ ਪਹੁੰਚਾਇਆ। ਤੇ ਬਸ ਕੱਲ ਨੂੰ ਫਿਲਮ ਰਿਲੀਜ਼ ਹੋ ਜਾਣੀ 6 ਤਰੀਕ ਨੂੰ ਜੀ, ਤੇ ਤੁਸੀਂ ਸਿਨੇਮਾ ਘਰਾਂ 'ਚ ਜਾਇਓ, ਜਾ ਕੇ ਜ਼ਰੂਰ ਦੇਖਿਓ, ਔਰ ਤੁਹਾਨੂੰ ਫਿਲਮ ਕਿੱਦਾਂ ਦੀ ਲੱਗੀ ਸਾਡੇ ਸੋਸ਼ਲ ਮੀਡੀਆ ਦੇ ਉੱਪਰ ਸਾਨੂੰ ਫੀਡਬੈਕ ਜ਼ਰੂਰ ਦਿਓ। ਹੋਪਫੁਲੀ ਮੈਂ ਦਿਲੋਂ ਕਹਿੰਦਾ ਕਿ ਤੁਹਾਨੂੰ ਇਹ ਫਿਲਮ ਬਹੁਤ ਸੋਹਣੀ ਲੱਗੂਗੀ, ਕਿਉਂਕਿ ਇਹ ਫਿਲਮ ਉਹ ਫਿਲਮ ਆ ਜਿਹੜੀ ਤੁਹਾਡੇ ਹਰੇਕ ਘਰ ਦੀ ਸਟੋਰੀ ਆ। ਜਦੋਂ ਤੁਸੀਂ ਦੇਖੋਗੇ ਤੁਹਾਨੂੰ ਇਹੀ ਲੱਗੂਗਾ ਯਾਰ ਸਾਡੇ ਘਰ ਦੇ ਵਿੱਚ ਵੀ ਸਾਡਾ ਚਾਚਾ ਇਹੋ ਜਿਹਾ, ਸਾਡੀ ਤਾਈ ਇਹੋ ਜਿਹੀ ਆ, ਸਾਡਾ ਮਾਮਾ ਇਹੋ ਜਿਹਾ। ਸੋ ਉਹ ਸਟੋਰੀ ਆ ਜੀ ਜਿਹੜੀ ਤੁਹਾਨੂੰ ਬਹੁਤ ਨੇੜੇ ਰਿਲੇਟ ਕਰੂਗੀ ਜੀ। ਜੀ ਬਾਈ ਜੀ ਬਹੁਤ ਬਹੁਤ ਸ਼ੁਕਰੀਆ ਤੇ ਸ਼ੁਭ ਇੱਛਾਵਾਂ ਤੁਹਾਨੂੰ ਵੀ ਤੇ ਦਿਲਪ੍ਰੀਤ ਢਿੱਲੋਂ ਭਾਅ ਜੀ ਨੂੰ ਵੀ। ਸ਼ੁਕਰੀਆ ਭਾਅ ਜੀ, ਥੈਂਕ ਯੂ ਭਾਅ ਜੀ, ਬਹੁਤ ਬਹੁਤ ਥੈਂਕ ਯੂ ਜੀ। ਸੋ ਦੋਸਤੋ ਇਹ ਸਨ ਸਾਡੇ ਨਾਲ ਜੱਦੀ ਸਰਦਾਰ ਦੇ ਦੋ ਸਿਤਾਰੇ ਸਿੱਪੀ ਗਿੱਲ ਤੇ ਦਿਲਪ੍ਰੀਤ ਢਿੱਲੋਂ। ਫਿਲਮ ਬਹੁਤ ਛੇਤੀ ਆ ਰਹੀ ਹੈ ਜੀ ਤੁਹਾਡੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ, 7 ਤਰੀਕ ਨੂੰ ਸ਼ਨੀਵਾਰ ਦੇ ਦਿਨ ਹੋਣ ਜਾ ਰਹੀ ਹੈ ਜੀ ਇਹ ਫਿਲਮ ਰਿਲੀਜ਼, ਤੇ ਤੁਸੀਂ ਜ਼ਰੂਰ ਆਪਣੇ ਨੇੜਲੇ ਦੇ ਸਿਨੇਮਾ ਘਰਾਂ ਦੇ ਵਿੱਚ ਜਾਓ ਤੇ ਇਸ ਫਿਲਮ ਦਾ ਆਨੰਦ ਮਾਣੋ, ਜਿਵੇਂ ਕਿ ਉਹਨਾਂ ਦੇ ਕਹਿਣ ਵਾਂਗੂ ਬੜੀ ਪਰਿਵਾਰਕ ਮਾਹੌਲ ਵਾਲੀ ਫਿਲਮ ਹੈ, ਦੋ ਭਰਾਵਾਂ ਦੇ ਪਿਆਰ ਦੀ ਕਹਾਣੀ ਹੈ। ਸੋ ਭਰਾਵਾਂ ਦੇ ਪਿਆਰ ਦੀ ਕਹਾਣੀ ਤੁਹਾਨੂੰ ਪੰਜਾਬੀ ਬਾਲੀਵੁੱਡ ਦੇ ਵਿੱਚ ਕਾਫੀ ਚਿਰ ਬਾਅਦ ਦੇਖਣ ਨੂੰ ਮਿਲਦੀ ਹੈ। ਸੋ ਇਹ ਭਰਾ ਤੁਹਾਨੂੰ ਪਾਉਂਦੇ ਨੇ ਬਿਠਾਉਂਦੇ ਨੇ ਸੀਟਾਂ 'ਤੇ ਜਾਂ ਨਹੀਂ, ਇਹ ਸ਼ਨੀਵਾਰ ਤੁਸੀਂ ਖੁਦ ਡਿਸਾਈਡ ਕਰਨਾ, ਤੇ ਜ਼ਰੂਰ ਜਾਓ ਇਸ ਫਿਲਮ ਨੂੰ ਰਜਵਾਂ ਪਿਆਰ ਦਿਓ।